ਬਾਬਾ ਫਰੀਦ ਸਾਹਿਬ ਕਹਿੰਦੇ ਨੇ ਬੇੜਾ ਬੰਧ ਨਾ ਸਕੇ ਉਹ ਬੰਧਨ ਕੀ ਬੇਲਾ। ਉਹ ਕਹਿੰਦੇ ਨੇ ਇਸ ਜਗਤ ਦੀ ਸਭ ਤੋਂ ਪਹਿਲੀ ਗਲਤੀ ਇੱਕੋ ਹੈ, ਇਹ ਸਾਰੀਆਂ ਚੀਜ਼ਾਂ ਦੀ ਸੰਭਾਲ ਕਰਦਾ ਹੈ, ਸਮੇਂ ਦੀ ਸੰਭਾਲ ਨਹੀਂ ਕਰਦਾ। ਬਸ ਸਾਰੀਆਂ ਚੀਜ਼ਾਂ ਸਾਂਭ ਕੇ ਰੱਖਦਾ, ਕੱਪੜਾ ਖਰਾਬ ਨਾ ਹੋ ਜਾਏ, ਮਕਾਨ ਖਰਾਬ ਨਾ ਹੋ ਜਾਏ, ਦਵਾਈ ਖਰਾਬ ਨਾ ਹੋ ਜਾਏ, ਲਾਈਟ ਨਾ ਖਰਾਬ ਹੋ ਜਾਏ, ਸਾਰੀਆਂ ਚੀਜ਼ਾਂ ਨੂੰ ਟਾਈਮ ਦੇ ਉੱਤੇ ਸਪੇਅਰ ਕਰਾਉਂਦਾ, ਠੀਕ ਕਰਾਉਂਦਾ, ਸਰਵਿਸ ਕਰਾਉਂਦਾ ਸਾਰੀਆਂ ਚੀਜ਼ਾਂ ਦੀ। ਇਸ ਮਨੁੱਖ ਦੀ ਸਭ ਤੋਂ ਵੱਡੀ ਗਲਤੀ ਇਹ ਸਮੇਂ ਦੀ, ਕੋਈ ਸਪੇਰੇ ਨੂੰ ਪਤਾ ਹੀ ਨਹੀਂ ਸਮਾਂ ਕਦੋਂ ਲੰਘਦਾ ਜਾ ਰਿਹਾ, ਨਿਕਲ ਗਿਆ, ਕਹਿੰਦੇ ਪਤਾ ਨਹੀਂ ਲੱਗੇ 15 ਸਾਲ ਨਿਕਲ ਗਏ, ਅੱਜ ਪਤਾ ਲੱਗੇ 15 ਸਾਲ ਬਾਅਦ। ਬਾਬਾ ਫਰੀਦ ਸਾਹਿਬ ਕਹਿੰਦੇ ਇਸ ਜਗਤ ਦੀ ਜਿਹਨੂੰ ਅਸੀਂ ਦੇਖਿਆ ਸਭ ਤੋਂ ਵੱਡੀ ਗਲਤੀ, ਇਹਨੇ ਕਦੀ ਸਮੇਂ ਦਾ, ਵਕਤ ਦਾ, ਟਾਈਮ ਦਾ, ਕਾਲ ਦਾ ਮੁਲਾਂਕਣ ਨਹੀਂ ਕੀਤਾ ਕਿ ਕਿੰਨੇ ਕੁ ਦਿਨ ਗੁਜ਼ਰ ਗਏ ਨੇ ਅਤੇ ਮੈਂ ਕੀਤਾ ਕੀ ਹੁਣ ਤੱਕ, ਮੈਨੂੰ ਮਿਲਿਆ ਕੀ, ਇੱਥੋਂ ਤ੍ਰਿਪਤੀ ਆਈ ਕੁਝ, ਮਿਲਿਆ ਕੁਝ ਰਜੇਵਾਂ। ਔਰ ਇਹ ਵੀ ਸਾਡੇ ਸਾਹਮਣੇ ਸਾਡੇ ਨਤੀਜੇ ਆਉਂਦੇ ਨੇ, ਜਿਹੜੇ ਕੰਮ ਅਸੀਂ ਹੁਣ ਤੱਕ ਕੀਤੇ ਨੇ ਉਹਨਾਂ ਨੇ ਸਾਨੂੰ ਰਜਾਇਆ ਨਹੀਂ, ਸਗੋਂ ਹੋਰ ਭੁੱਖਾ ਕਰ ਦਿੱਤਾ, ਸੁੱਖ ਨਹੀਂ ਦਿੱਤਾ, ਹੋਰ ਦੁੱਖ ਦੇ ਦਿੱਤਾ। ਕਹਿੰਦੇ ਨੇ ਜਿਸ ਵਪਾਰ ਵਿੱਚ ਬੰਦੇ ਨੂੰ 1 ਸਾਲ ਘਾਟਾ ਪਵੇ, 2 ਪਵੇ, 4 ਪਵੇ, ਅਤੇ ਬਹੁਤਾ ਢੀਠ ਆਦਮੀ ਹੋਵੇ 10 ਸਾਲ ਬਾਅਦ ਤਾਂ ਛੱਡ ਹੀ ਦਿੰਦਾ, ਵੀ ਇਹਦੇ ਵਿੱਚੋਂ ਨਿਕਲਦਾ ਹੀ ਕੱਖ ਨਹੀਂ। ਝੂਠ ਦੀ ਦੁਕਾਨ ਚਲਾਉਂਦਿਆਂ ਦੀ ਸਾਰੀ ਉਮਰ ਸਾਡੀ ਲੰਘ ਗਈ, ਮਿਲਿਆ ਕੱਖ ਵੀ ਨਹੀਂ, ਪਰ ਢੀਠ ਇੰਨੇ ਆ ਛੱਡਣ ਨੂੰ ਤਿਆਰ ਹੈ ਹੀ ਨਹੀਂ, ਅਸੀਂ ਉਹਨੂੰ ਛੱਡਾਂਗੇ ਨਹੀਂ। ਸਾਨੂੰ ਪਤਾ ਹੈ ਝੂਠ ਵਿੱਚੋਂ, ਫਰੇਬ ਵਿੱਚੋਂ, ਗੁਰੂ ਤੋਂ ਦੂਰ ਜਾ ਕੇ, ਸੱਚ ਤੋਂ ਦੂਰ ਜਾ ਕੇ ਅਸੀਂ ਜੀਵਨ ਵਿੱਚੋਂ ਖੱਟਿਆ ਕੱਖ ਵੀ ਨਹੀਂ, ਮਿਲਿਆ ਕੁਝ ਵੀ ਨਹੀਂ ਸਾਨੂੰ। ਇੱਕ ਸੱਜਣ ਨੇ ਬਹੁਤ ਪਿਆਰੀ ਘਟਨਾ ਕਿ ਉਹ ਕਹਿੰਦੇ ਸੱਚ ਦੇ ਮਾਰਗ 'ਤੇ ਤੁਰਨਾ ਚਾਹੀਦਾ, ਦੂਜਾ ਕਹਿ ਰਿਹਾ ਸੀ ਕੰਮ ਨਹੀਂ ਚੱਲਦਾ ਝੂਠ ਤੋਂ ਬਿਨਾਂ, ਫਰੇਬ ਤੋਂ ਬਿਨਾਂ, ਉਹ ਫਿਰ ਕਹਿ ਰਿਹਾ ਸੀ ਗੁਰੂ ਦੇ ਮਾਰਗ 'ਤੇ ਚੱਲਣਾ ਚਾਹੀਦਾ। ਉਹਨੇ ਕਿਹਾ ਕੰਮ ਨਹੀਂ ਚੱਲਦਾ। ਉਹਨੇ ਪੁੱਛਿਆ ਤੂੰ 40 ਸਾਲ ਝੂਠ ਬੋਲ ਕੇ ਵੇਖਿਆ, ਸੁੱਖ ਮਿਲਿਆ? ਕਹਿੰਦਾ ਨਹੀਂ, ਸੁੱਖ ਤਾਂ ਨਹੀਂ ਮਿਲਿਆ। ਫਿਰ ਤੂੰ 1 ਮਹੀਨਾ ਸੱਚ ਬੋਲ ਕੇ ਵੇਖ ਲੈ, ਜਿੱਥੇ 40 ਸਾਲ ਖਰਾਬ ਹੋ ਗਏ ਨੇ 1 ਮਹੀਨਾ ਹੋਰ ਖਰਾਬ ਕਰ ਲੈ, ਕਰਕੇ ਵੇਖ 1 ਮਹੀਨਾ। ਜੋ ਕੁਝ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਦੱਸਿਆ 1 ਮਹੀਨਾ ਕਰਕੇ ਵੇਖੋ, ਆਪਾਂ ਕਰਦੇ ਨਹੀਂ ਪੂਰਾ, ਜਿਹੜਾ ਕਹਿੰਦੇ ਹਾਂ ਨਾ ਕਰਨੇ ਹੁੰਦਾ ਨਹੀਂ, ਉਹ ਗੁਰੂ ਨੂੰ ਪਤਾ ਜਾਂ ਸਾਨੂੰ ਪਤਾ, ਆਪਾਂ ਉਦਾਂ ਕਰ ਨਹੀਂ ਰਹੇ, ਨਹੀਂ ਤਾਂ ਮਜਾਲ ਕੀ ਹੈ, 24 ਘੰਟਿਆਂ ਬਾਅਦ ਵਾਪਰੇ ਨਾ ਕੁਝ, ਕਿਉਂ ਨਾ ਹੋਵੇਗਾ, ਹੋਵੇਗਾ ਜ਼ਰੂਰ, ਪਰ ਅਸੀਂ ਉਸ ਤਰ੍ਹਾਂ ਨਹੀਂ ਕਰ ਸਕੇ ਜਿਵੇਂ ਸਤਿਗੁਰੂ ਨੇ ਸਾਨੂੰ ਕਿਹਾ ਹੈ, ਜਾਂ ਉਹਦੇ ਵਾਸਤੇ ਅਜੇ ਸਾਡੇ ਕੋਲ ਹਿੰਮਤ ਆਈਏ ਨਹੀਂ, ਉਹਦੇ ਵਾਸਤੇ ਬੜੀ ਮਿਹਨਤ ਦੀ ਲੋੜ ਹੈ। ਕੋਈ ਛੋਟਾ ਕੰਮ ਹੈ, ਧਰਮ ਦੇ ਫੈਸਲੇ ਲੈ ਲੈਣੇ ਜ਼ਿੰਦਗੀ ਦੇ, ਛੋਟਾ ਕਾਰਜ ਨਹੀਂ ਹੈ, ਇਹ ਮਰਜੀਵੜਿਆਂ ਦਾ ਰਸਤਾ ਹੈ, ਮਨ ਦਾ ਕਤਲ ਹੈ, ਬੁਰਾਈਆਂ ਨੂੰ ਕੱਟਣਾ ਪੈਂਦਾ, ਆਪਣਾ ਜੀਵਨ ਸੌਂਪਣਾ ਪੈਂਦਾ ਹੈ।